ਮੇਰੇ ਵੱਲੋਂ ਸਾਰੀਆਂ ਮਾਵਾਂ ਭੈਣਾਂ ਤੇ ਭਾਈਆਂ ਤੇ ਜਾਤਕਾਂ ਤੇ ਬਜ਼ੁਰਗਾਂ ਤੇ ਮਾਈਆਂ ਨੂੰ ਅਸਮ ਮਸੀਹ ਦਾ ਸਲਾਮ। ਮੈਂ ਅੱਜ ਫੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਵਾਂ ਅੱਜ ਦੀ ਗੱਲ ਤੇ ਅੱਜ ਦੀ ਗੱਲ ਇੰਨੀ ਦੁੱਖ ਵਾਲੀ ਏ ਕਿ ਜਿਹਨੂੰ ਸੁਣ ਕੇ ਵੇਖ ਕੇ ਸਾਡਾ ਕਲੇਜਾ ਪਾਟ ਗਿਆ, ਸਾਡਾ ਦਿਲ ਖੂਨ ਦੇ ਅਥਰੂ ਰੋਂਦਾ ਪਿਆ। ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਜਿਹੜੇ ਪੂਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਅਮਨ ਦੇ ਅਲਮੁਦਾਰ ਕਹਿੰਦੇ ਪਏ ਨੇ। ਮੋਦੀ ਸਰਕਾਰ, ਤੁਸੀਂ ਆਪਣੇ ਆਪ ਨੂੰ ਜ਼ਰਾ ਗਰੇਬਾਂ 'ਚ ਝਾਤੀ ਤੇ ਮਾਰੋ। ਕਿਹੜੇ ਅਮਨ ਦੀ ਗੱਲ ਕਰਦੇ ਜੇ, ਕਿਹੜੇ ਹੱਥ ਜੋੜ ਜੋੜ ਕੇ ਲੋਕਾਂ ਨੂੰ ਅਮਨ ਦੀ ਗੱਲ ਸੁਣਾਉਂਦੇ ਜੇ ਕਿ ਸਾਡੇ ਮੁਲਕ ਦੇ ਵਿੱਚ ਬੜਾ ਅਮਨ ਹੈ। ਇਹ ਅਮਨ ਹੈ ਕਿ ਤੁਸੀਂ ਸਾਡੀਆਂ ਬੱਚੀਆਂ ਨੂੰ ਉੱਥੇ ਨੰਗਿਆ ਕਰਕੇ ਮਾਰਦੇ ਪਿਓ, ਉੱਥੇ ਜ਼ੁਲਮੋ ਜਬਰ ਹੋ ਰਿਹਾ ਸਾਡੀ ਇਸ ਬੱਚੀ ਨੂੰ, ਸਰੇਆਮ ਉਹਦਾ ਗੈਂਗ ਰੇਪ ਤੁਸੀਂ ਕਰ ਦਿੱਤਾ, ਤੁਸੀਂ ਜ਼ਿਆਦਾ ਕੀਤੀ ਤੇ ਉਹ ਨੰਗਾ ਕਰਕੇ ਮੁੰਡਾ ਮਾਰ ਦਿੱਤਾ ਜੇ। ਉਹ ਕਿਹੜੇ ਪਾਸਿਓਂ ਤੁਸੀਂ ਆਪਣੇ ਆਪ ਨੂੰ ਅਮਨ ਦੇ ਅਲਮਦਾਰ ਕਹਿੰਦੇ ਪਏ ਜੇ? ਸ਼ਕਲ ਮੋਮਣਾ ਦੀ ਤੇ ਕੰਮ ਕਾਫਰਾਂ ਨੇ ਕਰਦੇ ਪਏ ਜੇ? ਉਹ ਤੁਹਾਨੂੰ ਕੌਣ ਇਹ ਕਹੇਗਾ ਕਿ ਤੁਸੀਂ ਹਕੀਕੀ ਅਮਨ ਦੇ ਅਲਮਰਦਾਰ ਜੇ? ਆਪਣੀ ਹਕੀਕਤ ਛੁਪਾਉਣ ਲਈ ਤੁਸੀਂ ਉੱਥੇ ਫੇਸਬੁੱਕ ਤੇ ਪਾਬੰਦੀ ਲਾਈਏ, ਟਵਿੱਟਰ ਤੇ ਪਾਬੰਦੀ ਲਾਈਏ, ਤਾਂ ਕਿ ਦੁਨੀਆ ਤੁਹਾਨੂੰ ਉਹ ਤੁਹਾਡਾ ਨੰਗਾ ਨਾਚ ਨਾ ਵੇਖ ਸਕੇ ਜਿਹੜਾ ਦੁਨੀਆ ਨਾਲ ਤੁਸੀਂ ਕਰਦੇ ਪਏ ਜੇ? ਖਾਲੀ ਉੱਥੇ ਤੁਸੀਂ ਸਿਰ ਮਸੀਹਾਂ ਨਾਲ ਨਹੀਂ ਮੁਸਲਮਾਨਾਂ ਨਾਲ ਵੀ ਜ਼ਿਆਦਤੀਆਂ ਕਰਦੇ ਪਏ ਜੇ? ਕਿੰਨੇ ਅਫਸੋਸ ਨਾਲ ਕਹਿਣਾ ਪੈ ਰਿਹਾ, ਮੈਨੂੰ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਤੁਸੀਂ ਆਪਣੇ ਉੱਤੇ ਲਬਾਦਾ ਜਿਹੜਾ ਨਾ ਓੜ ਕੇ ਸਾਧੂਆਂ ਵਾਲਾ ਤੇ ਥੱਲੇ ਤਲਵਾਰ ਰੱਖੀ ਹੈ। ਸ਼ਕਲ ਵਹਾਂਦੇ ਜੇ ਕਿ ਅਸੀਂ ਸਾਧੂ ਲੋਕ ਹਾਂ, ਅਸੀਂ ਅਮਨ ਦੇ ਲੋਕ ਹਾਂ ਤੇ ਅੰਦਰ ਤਲਵਾਰਾਂ ਰੱਖ ਕੇ ਤੇ ਤੁਸੀਂ ਜ਼ਿਆਦਤੀਆਂ ਕਰਦੇ ਪਏ ਜੀ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹ ਸ਼ਰਮ ਦੀਆਂ ਗੱਲਾਂ ਨੇ। ਮੈਂ ਉਹਨਾਂ ਨਾਲ ਇਜ਼ਾਰੇ ਅਫਸੋਸ ਕਰਨਾ ਜਿਨ੍ਹਾਂ ਭੈਣਾਂ ਦਾ ਭਰਾ ਖੋਲਿਆ, ਜੇ ਸਮਾਜ ਦਾ ਪੁੱਤਰ ਖੋਲਿਆ। ਅਸੀਂ ਮੰਨਦੇ ਹਾਂ ਕਿ ਮੁਲਕ ਦੇ ਅੰਦਰ ਅਸੀਂ ਅਕਲੀਅਤ ਹੈਗੇ ਹਾਂ, ਲੇਕਿਨ ਅਕਲੀਅਤ ਹੋਣ ਦੇ ਨਾਲ ਸਾਡੇ ਨਾਲ ਇੰਨਾ ਵੀ ਜ਼ਬਰ ਨਾ ਕਰੋ। ਤੁਸੀਂ ਵੀ ਤਾਂ ਕਿਤੇ ਅਕਲੀਅਤ ਹੈਗੇ ਜੇ, ਪੂਰੀ ਦੁਨੀਆ 'ਚ ਤੁਸੀਂ ਅਕਲੀਅਤ ਹੈਗੇ ਵੀ ਹੋ, ਲੇਕਿਨ ਆਪਣਾ ਗੁੱਸਾ ਇੰਜ ਨਾ ਕੱਢੋ ਸਾਡੇ 'ਤੇ ਕਿ ਤੁਸੀਂ ਉੱਥੇ ਕਿਸੇ ਗੱਲ ਨੂੰ ਸੁਣਨਾ ਪਸੰਦ ਹੀ ਨਹੀਂ ਕਰ ਰਹੇ। ਮੈਂ ਤੁਹਾਡੇ ਕਿਸੇ ਕਿਤਾਬ ਉੱਤੇ ਗੱਲ ਨਹੀਂ ਕਰਦਾ ਪਿਆ, ਮੈਂ ਤੁਹਾਡੇ ਕਿਸੇ ਮਜ਼ਹਬ ਉੱਤੇ ਇੰਗਲੀ ਨਹੀਂ ਚੁੱਕਦਾ ਪਿਆ, ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਉੱਤੇ ਅਮਨ ਦੇ ਬਾਣੀ ਨਾ ਕਹੋ, ਅਮਨ ਦੇ ਅਲਮਰਦਾਰ ਨਾ ਕਹੋ, ਕਿਉਂਕਿ ਤੁਹਾਡਾ ਚਿਹਰਾ ਅਸੀਂ ਦੁਨੀਆ ਨੂੰ ਵਹਾਣ ਲੱਗੇ ਹਾਂ ਕਿ ਤੁਸੀਂ ਉੱਥੇ ਕੀ ਕਰਦੇ ਪਏ ਜੇ। ਮੈਂ ਅਸਮ ਸੀ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਅਸੀਂ ਹੁਣ ਤੁਹਾਡੇ ਖਿਲਾਫ ਇੱਕ ਮੀਡੀਆ ਮੁਹਿੰਮ ਹੈ ਕਿ ਤੁਸੀਂ ਜੋ ਕੁਛ ਕਰਨ ਲੱਗ ਪਏ ਹੋ। ਨਿਹਾਇਤ ਅਫਸੋਸ ਨਾਲ ਇਹ ਤੁਹਾਨੂੰ ਕਹਿਣਾ ਪੈ ਰਿਹਾ ਮੈਨੂੰ ਕਿ ਤੁਸੀਂ ਜ਼ਰਾ ਜੀ ਨਾ ਸੋਚਦੇ ਨਹੀਂ ਪਏ, ਜ਼ਰਾ ਜੀ ਨਾ ਕੋਈ ਐਕਸ਼ਨ ਨਹੀਂ ਲੈਂਦੇ ਪਏ, ਬਲਕਿ ਪੁਲਿਸ ਉੱਥੇ ਕੋਲ ਖਲੋ ਕੇ ਤਮਾਸ਼ਾ ਵੇਖਦੀ ਪਈ ਹੈ। ਮੇਰੇ ਭਾਈ, ਤੁਸੀਂ ਮੋਦੀ ਸਰਕਾਰ, ਖਾਸ ਤੌਰ 'ਤੇ ਮੈਨੂੰ ਸ਼ਰਮ ਆ ਰਹੀ ਹੈ ਕਿ ਤੁਸੀਂ ਕਿਉਂ ਇਹ ਲਫ਼ਜ਼ ਆਪਣੇ ਮੂੰਹ ਤੋਂ ਲਿਆਉਂਦੇ ਜੀ? ਤੁਹਾਨੂੰ ਤਾਂ ਕਹਿਣਾ ਹੀ ਨਹੀਂ ਚਾਹੀਦਾ ਕਿ ਅਸੀਂ ਸਾਡੇ ਮੁਲਕ 'ਚ ਬੜਾ ਅਮਨ ਹੈਗਾ। ਇਹ ਅਮਨ ਹੈ, ਇਹਨੂੰ ਤੁਸੀਂ ਅਮਨ ਕਹਿੰਦੇ ਜੀ? ਜੇ ਇਹ ਅਮਨ ਹੈ ਤੇ ਮੈਨੂੰ ਇਸ ਅਮਨ ਦੇ ਉੱਤੇ ਐਤਰਾਜ਼ ਹੈ, ਮੈਨੂੰ ਇਸ ਅਮਨ ਦੇ ਉੱਤੇ ਅਫਸੋਸ ਹੈ, ਕਿਉਂਕਿ ਜੇ ਇਹਨੂੰ ਅਮਨ ਕਹਿੰਦੇ ਨੇ ਤੇ ਫਿਰ ਅਮਨ ਕੀ ਹੋਵੇਗਾ? ਕਿਉਂ? ਕਿਉਂਕਿ ਤੁਸੀਂ ਅਮਨ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ, ਅਮਨ ਨੂੰ ਫੀਤੇ ਫੀਤੇ ਕਰ ਦਿੱਤਾ ਤੁਸੀਂ।
मैनू अफसोस हो रहा है कि ताडे लोकां दे अंदर इहदा मतलब है कि उन्हां लोकां ने जरा नहीं सोचिया कि 52 साल की औरत उन्होंने नंगे कर दिता जी, नौजवान नंगे कर दिता उन्हें मां ते भैन दे सामने, उस बच्ची जिहड़ी जवान बची है ते जाति दा निशाना बना दिता जी। मत अपने आप नूं अमन दे अलमरदार कवो, ताडा इह सारा छुपिया चेहरा तुसां विखाया सानूं। मैंने लफ्ज क्योंकि तुसीं, मैं क्यों बार बार कह रहा, अपने आप नूं अमन दे अलमरदार ना कवो। मैं तो समझना सा कि शायद वाकई तुसीं उत्थे अमन रखिया है, तुसी ना उत्थे क्रिश्चियनां नूं छड्डदे पए ते ना ही मुसलमानां नूं। मैं समझा तुहाडे उत्ते भी दहशतगर्दी का एक्ट लगना चाहिए है। और मैं खास तौर पर तुहानू नहीं सुना रहा, मैं खास तौर पर वर्ल्ड के तमाम लोगों अगे यह अपील कर रहा कि इन्हों उत्ते भी दहशतगर्दी का एक्ट लग जाना चाहिए है। जिहड़े ये सोचते नहीं पे कि क्यों इन्हां दे नाल लोगों का किया जा रहा है। मेरी ओ मसीह बेटी, मेरी मसीह भैन, मेरा मसीह बेटा जिन्हों तुसे कतल कर दिता है ते नंगा नाच नाच आ दिता है ते अपने आप नूं तुसां दुनिया के सामने लिया के दसिया है कि असी भी इंजी दे लोक हैगे आ। मैं इहदे नाल तुहानूं दसना चाहना, मेरे को सबूत है, मैं बगैर सबूत नाल गल नहीं जे करदा पिया, मेरे को सबूत है। जिस वीडियो दे विच तुसां साडी बच्चियां नूं, साडे स्पैन नूं, बच्चे नूं कतल करदे हो, उन्होंने नंगिया करदे हो, और नंगा नाच जिहड़ा तुसीं बगैरती दा काम वाया वह मेरे कोल है और मैं तुहानूं वहा रहा नाल। इहदे वल गौर नाल वेखना कि की तुसां उस मुल्क दे अंदर साडे नाल तमाशा कर दिता है। यह अफसोस नाल कहना पै रहा है और उन्हां लोकां दे भी शर्म की गल है, शायद उन्हां दे अंदर बगैरती है, उन्हां दे अंदर कोई बच्ची या मां या भैन कोई नहीं, या फिर अपनिया मावं भैणों नूं नंगिया करके नचांदे ने ते उन्हां दा नाच वेखदे ने। जिन्हां दे अंदर गैरत नहीं वह बगैरत ने। इस तों मैं गल करके मेरा अंदर रोंदा पिया है कि तुसां मेरी उस भैन नाल, उस बेटी नाल, और मेरे बेटे नाल की कीता है। अगली दफा फिर मैं इस गल नूं लैके फिर दोबारा हाजिर होवांगा। जय यसु दी, यसु मसीह दी जय। पाकिस्तान जिंदाबाद।